ਅਨੁਮੰਤ ਐਜੇ ਟੀਚਰ ਬਣਿਆ 31 32 ਸਾਲ ਉੱਥੇ ਪੜਾਇਆ ਫਿਰ ਪਰਿਮਚਰਟ ਰਟਾਇਰਮੈਂਟ ਲੈ ਕੇ ਗੁਰੂ ਦੀ ਕਿਰਪਾ ਨਾਲ ਇੱਥੇ ਆ ਗਏ ਤੇ ਉੱਥੇ ਫਿਰ ਇੱਕ ਹੋਰ ਖੇਡ ਵਰਤੀ ਹਰ ਮਹੀਨੇ ਜਦੋਂ ਮੈਂ ਛਾਪੇ ਪੜਾਉਂਦਾ ਸੀ ਉੱਤੇ ਮਹਾਂਤ ਕੋੜ ਹੈਗੇ ਸੀ ਉਹਨਾਂ ਨੇ ਕਸ਼ਮੀਰ ਦੇ ਵਿੱਚ ਭਾਈ ਸਵਨੀਆ ਤੋਂ ਇਹ ਸ਼ਬਦ ਸੁਣਾ ਸੀ ਪ੍ਰਭ ਤੇਰੇ ਪੈਗ ਕੀ ਧੂਰ ਤੇ ਉੱਥੇ ਉਹਨਾਂ ਨੇ ਛਾਪੇ ਉਜਾਗਰਸੋ ਨਾਮੀ ਸੀ ਉਹ ਅਖੰਡ ਪਾਠ ਦੀ ਰੌਲਾਵੇ ਮੇਰੇ ਕੋਲੇ ਆ ਗਿਆ ਸਕੂਲ ਚ ਮਹ ਪਾਈ ਤੇਰਾ ਨੋਂ ਵੀ ਜਾਗਰਸੋ ਐ ਵੀ ਤੂੰ ਅੰਮ੍ਰਿਤ ਛਕਿਆ ਨਹੀਂ ਹਾਲ ਦੇ ਕਹਿੰਦਾ ਨਹੀਂ ਜੀ ਫਿਰ ਉਹਨੂੰ ਮੈਂ ਬੇਨਤੀ ਕਰੀ ਉਹ ਕਹਿੰਦਾ ਠੀਕ ਐ ਫਿਰ ਉਹਨੇ ਆ ਕੇ ਪੂਰ ਸੁਦੀ ਸਤਿਉ ਨੂੰ ਪਾਈ ਗਏ ਇੱਥੇ ਅੰਮ੍ਰਿਤ ਛਕ ਲਿਆ ਛਾਪੇ ਤੇ ਫਿਰ ਉਹ ਉਹ ਕਹਿੰਦਾ ਆਪਾਂ ਇੱਥੇ ਰਹਿਣ ਸਭਾਈ ਕਰਾਓ ਫਿਰ ਉੱਥੇ ਰਹਿਣ ਸਭਾਈ ਸਮਾਗ ਨੂੰ ਛਾਪੇ ਹੋਇਆ ਇਹ 5585 ਦੀ ਗੱਲ ਹੈ 1900 ਦੀ ਜਦੋਂ ਉੱਥੇ ਆਇਆ ਉਹ ਕੋਤਰੀ ਚੱਲੀ ਸੀ ਕਰੋੜ ਉਹ ਕਿਹੜੇ ਹੈਗੇ ਸੀ ਮਹਾਂਤੂ ਮਕੰਨ ਤੇ ਸੁਣੀ ਉਹ ਆ ਗਏ ਉਹਨਾਂ ਨੇ ਸੁਣਿਆ ਫਿਰ ਉਹਨਾਂ ਨੇ ਮੈਨੂੰ ਜਦੋਂ ਮੈਂ ਉੱਥੇ ਉਪੋਗ ਪਿਆ ਕੁਦਰਤੀ ਗਿਆ ਤਾਂ ਕੱਲੇ ਉੱਠ ਕੇ ਆ ਗਏ ਕਹਿੰਦੇ ਕਿਸੇ ਕੀਮਤ ਉੱਪਰ ਇੱਥੇ ਵੀ ਰਹਿਣ ਸਵਾਈ ਕਰਾ ਸਕਦੇ ਹਾਂ ਕਹਿੰਦੇ ਮੈਂ ਇੱਕ ਕਸ਼ਮੀਰ ਵਿੱਚ ਭਾਈ ਸੋਨਿਆ ਤੇ ਉੱਪਰ ਅਬ ਤੇਰੇ ਪਾ ਕੀ ਤੂਰੇ ਸ਼ਬਦ ਸੁਣਿਆ ਸੀ ਮੇਰੇ ਤੇ ਜਦੋਂ ਕਹਿੰਦੇ ਧਿਆਨ ਆ ਜਾਂਦਾ ਕੰਨਾਂ 'ਚ ਹੁਣ ਵੀ ਗੂੰਜੀ ਜਾਂਦਾ ਹੈ ਮੈਂ ਕੀਮਤ ਕੀ ਹੈ ਕੀਮਤ ਇਹ ਹੈ ਨਾਰਿੰਗਵਾਲ ਸਮਾਗਮ ਹੋਣਾ ਤੁਸੀਂ ਉੱਥੇ ਆ ਜਿਓ ਮੈਨੂੰ ਵੀ ਚਾਹ ਸੀ ਵੀ ਉੱਥੇ ਆਪਾਂ ਬੇਨਤੀ ਕਰਦਾਂਗੇ ਵੀ ਉੱਥੇ ਸਮਾਗਮ ਚਲੋ ਉਹ ਉੱਥੇ ਨਾਰਿੰਗਵਾਲੇ ਆਗੇ ਨਾਰਿੰਗਵਾਲੇ ਆਗੇ ਜਦੋਂ ਰੈਣ ਸਵਾਈ ਦੀ ਸਮਾਪਤੀ ਹੋਈ ਤੇ ਚੜ੍ਹਦੀ ਕਲਾ ਵਿੱਚ ਉਹਨਾਂ ਦੇ ਨਾਲ ਇੱਕ ਦੋ ਸਿੰਘ ਹੋਰ ਹੈਗੇ ਸੀ ਕੋਟ ਦੇ ਮੈਂ ਬੇਨਤੀ ਕਰਤੀ ਵੀ ਐਂ ਕਰਕੇ ਭਾਈ ਕੋਟ ਸਮਾਗਮ ਰੈਣ ਸਵਾਈ ਦਾ ਇਹ ਕੋਟ ਜ਼ਿਲ੍ਹਾ ਬਰਨਾਲੇ ਵਿੱਚ ਹੈ ਤੇ ਉੱਥੋਂ 10 15 20 ਮੀਲ ਹੈ ਤੇ ਰੈ ਕੋਟ ਤੇ ਮਲੇਰ ਕੋਟਲਾ ਵੀ ਸੈਂਟਰ ਚ ਆ ਜਾਂਦਾ ਮਤਲਬ ਹੈ ਇਹ ਜਿਸ ਵੇਲੇ ਇਹ ਚੀਜ਼ ਹੋਈ ਤੇ ਉੱਥੇ ਉਹ ਫਿਰ ਪ੍ਰੋਫੈਸਰ ਦਰਸ਼ਨ ਸਿੰਘ ਤੇ ਉਹਨਾਂ ਦਾ ਭਰਾ ਦੂਜਾ ਹਰदयाल ਸਿੰਘ ਦੁਨੇ ਚਿੱਟੀਆਂ ਦੇ ਸਾਰਾਂ ਸੰਜਾਈਆਂ ਸੀ ਇਹਨਾਂ ਨੇ ਵੀ ਕੀਰਤਨ ਕੀਤਾ ਜਿਸ ਵੇਲੇ ਉਹਨਾਂ ਨੇ ਉੱਥੇ ਪ੍ਰਵਾਨਗੀ ਦਿੱਤੀ ਵੀ ਹਾਂ ਹਾਂ ਗੱਜ-ਬੱਜ ਕੇ ਵੀ ਕਰੋੜਾਂ ਸਮਾਗਮ ਕਰਾਂਗੇ ਤੇ ਉਹ ਨਲਕੇ ਤੇ ਉਹ ਪ੍ਰਸੇ ਤੋਂ ਨੂੰ ਇਹ ਧਿਆਨ ਸੁਣਨ ਵਾਲੀ ਗੱਲ ਹੈ ਤੇ ਜਿਸ ਵੇਲੇ ਉਹਨਾਂ ਨੂੰ ਬੇਨਤੀ ਕਰੀ ਦਰਸ਼ਨ ਸਿੰਘ ਜੀ ਨੂੰ ਵੀ ਤੁਸੀਂ ਵੀ ਉੱਥੇ ਦਰਸ਼ਨ ਦਿਓ ਉਹਨਾਂ ਦਿਨਾਂ 'ਚ ਸਕੂਟਰ ਕਿਸੇ ਬਿਰਲੇ ਕੋਲ ਹੀ ਹੁੰਦਾ ਸਾਈਕਲਾਂ ਤੇ ਜਾਂ ਪੈਦਲ ਆਉਂਦੇ ਹੁੰਦੇ ਜਦੋਂ ਇੰਨੀ ਬੇਨਤੀ ਕਰੀ ਉਹ ਕਹਿੰਦੇ ਸਾਡੀ ਤਾਂ ਚਾਬੀ ਭਾਈ ਸੌਣੀਆਂ ਦੇ ਹੱਥ ਵਿੱਚ ਹੈ ਅਸੀਂ ਗੁਰਦੁਆਰਾ ਸਿੰਘ ਸਭਾ ਮਾਲ ਟਾਊਨ ਹਰ ਐਤਵਾਰ ਨੂੰ ਉੱਥੇ ਕੀਰਤਨ ਕਰਦੇ ਹਾਂ ਅਸੀਂ ਬਾਹਰ ਨਹੀਂ ਜਾ ਸਕਦੇ ਜਦੋਂ ਇੰਨੀ ਗੱਲ ਕਹੀ ਤੇ ਉਹ ਫਿਰ ਜਿਵੇਂ ਗੁਰੂ ਨੇ ਕਲਾ ਵਰਤਉਣੀ ਹੁੰਦੀ ਹੈ ਮੈਂ ਹੁਣ ਭਾਈ ਸੌਣੀਆਂ ਕੋਲੇ ਗੁਰੂ ਦੀ ਕਿਰਪਾ ਦੇ ਨਾਲ ਕੁਮਾਰ ਹਟੀ ਦੋ ਵਾਰੀ ਰਹਿ ਕੇ ਆਇਆ 2 ਚ ਮਹੀਨੇ ਬੜਾ ਪਿਆਰ ਸੀ ਮੇਰੇ ਨਾਲ ਸਾਰਾ ਸੋ ਕਿਸ ਹਵਦਮੇ ਬਾੜ ਜਾਨ ਸਵਾਲ ਇਹਨੇ ਇਤਨੇਮ ਉਹਨਾਂ ਦੇ ਲੈਟਰ ਪੜ੍ਹਨੇ ਤੇ ਸੁਣਨੇ ਲਿਖਨੇ ਲਿਖ ਕੇ ਸਾਈਨ ਉਹਨਾਂ ਨੇ ਕਰ ਦੇਣੇ ਗੁਰੂ ਦੀ ਕਿਰਪਾ ਦੇ ਨਾਲ ਫਿਰ ਜਦੋਂ ਮੇਰੇ ਮਨ 'ਚ ਆਇਆ ਮੈਨੂੰ ਵੀ ਚਾਹ ਸੀ ਕਿ ਇਹ ਕਿਉਂ ਕੋਟ ਮੇਤੋਂ 5-7 ਮੀਲ ਹੀ ਆ ਮੈਂ ਉੱਥੇ ਡੇਲੀ ਛਾਪੇ ਪੜਾਉਣ ਜਾਂਦਾ ਹੁੰਦਾ ਤੇ ਮੇਰੇ ਮਨ 'ਚ ਵੀ ਚਾਹ ਸੀ ਜਿਸ ਵળે ਇਹ ਚੀਜ਼ ਹੋਈ ਤੇ ਮੈਂ ਮਹੰਤ ਸਾਹਿਬ ਨੂੰ ਕਿਹਾ ਮਹਾਂ ਤੁਸੀਂ ਤਿਆਰੀ ਕਰੋ ਬੇਫਿਕਰ ਰਹੋ ਵੈ ਮੈਂ ਜਾਣਾ ਲੁਧਿਆਣੇ ਭਾਈ ਸੁਣ ਤੋਂ ਪ੍ਰਵਾਨਗੀ ਲੈ ਕੇ ਆਉਣਾ ਉਦੋਂ ਚਾਹੀ ਇਹ ਜਿਹਾ ਸੀ ਸ਼ਮਸ਼ੇਰ ਸਿੰਘ ਮੰਜਾਰਾ ਸੀ ਉਹਨਾਂ ਨੇ ਉਧਰ ਦੀ ਹੋ ਕੇ ਜਾਣਾ ਸੀ ਆਪਣੇ ਪਿੰਡ ਨੂੰ ਉਥੋਂ ਰੈਂਡ ਸਵਾਇ ਦੀ ਸਮਾਪਤੀ ਤੋਂ ਬਾਅਦ ਲੁਧਿਆਣੇ ਨੇ ਤਿਆਰੀ ਕਰ ਲਈ ਵਿਭਾਗ ਸੀ ਉਹਨੇ ਦੇ ਮਾਰਲ ਟਾਉਨ ਉੱਥੇ ਜਾ ਕੇ ਉਹਨਾਂ ਤੋਂ ਪਰਵਾਨਗੀ ਲੈਣੀ ਹੈ ਜਿਸ ਬੜੇ ਗਏ ਕੁਦਰਤ ਨੇ ਐਸੀ ਸੁਣੀ ਬਿਜਲੀ ਗਈ ਹੋਈ ਸੀ ਤੇ ਇੱਕ ਜਾਣਾ ਤਾਂ ਸਾਡੇ ਵਿੱਚ ਉਹ ਨਹਿਰ ਦੇ ਪੁਲ ਤੇ ਮੇਰੇ ਮੂੰਹੋਂ ਨਿਕਲਿਆ ਭਾਈ ਵੀ ਮੈਂ ਤਾਂ ਪ੍ਰਸ਼ਾਦਾ ਉੱਥੇ ਛਕ ਗਏ ਵੇ ਨਾਰਿੰਗਵਾਲ ਮੈਨੂੰ ਤਾਂ ਭੁੱਖ ਨਹੀਂ ਹੈਗੀ ਔਰ ਸ਼ਮਸ਼ੇਰ ਸਿੰਘ ਕਹਣ ਲੱਗਿਆ ਕਹਿੰਦਾ ਮੈਨੂੰ ਥੋੜੀ ਜੀ ਭੁੱਖ ਲੱਗਿਆ ਜਿਸ ਵੇ ਅਸੀਂ ਉਹਨਾਂ ਦੀ ਕੋਠੀ ਗਏ 79 ਨੰਬਰ ਭਾਈ ਸੋਹਣੇ ਦੇ ਉੱਥੇ ਲੁਧਿਆਣੇ ਦੀ ਗੱਲ ਹੈ ਇਹ ਜਦੋਂ ਉੱਥੇ ਗਏ ਤਾਂ ਫਤਿਹ ਬਲਾਈ ਉਹ ਬਿਜਲੀ ਗਈ ਹੋਈ ਸੀ ਇੱਕ ਜਣਾ ਮੈਂ ਤਾਂ ਉਹਨਾਂ ਦੀ ਮੁੱਖਾਪੀ ਸੇਵਾ 'ਚ ਲੱਗ ਗਿਆ ਉਹ ਪੱਖਾ ਫੜ ਲਿਆ ਉਹਨੇ ਪੱਖਾ ਫੜ ਲਿਆ ਤੇ ਬਾਕੀ ਫਿਰ ਮੈਂ ਬੇਨਤੀ ਕਰੀ ਮਹਾਜੀ ਦਰਸ਼ਨ ਸੋਂ ਤੇ ਹਰਦੀਆਲ ਸੁਨੀਆ ਨੂੰ ਆਗਿਆ ਦੇ ਦੇ ਉਹ ਐ ਰੈਂਡ ਸੁਭਾਈ ਗਿਆ ਉੱਥੇ ਤੇ ਬਾਕੀ ਉੱਥੇ ਤਾਂ ਬਾਹਰੋਂ ਧਾਰਨਾ ਲਾਉਂਦੇ ਨੇ ਸਾਧ ਸੰਤ ਤੇ ਬਾਕੀ ਅਖੰਡ ਕੀਰਤਨੀ ਜਥਾ ਇੱਕ ਸਮਾਗਮ 'ਚ ਛਾਪੇ ਹੋਇਆ ਦੂਜਾ ਇਹ ਹੋਣਾ ਤੇ ਕਹਿੰਦੇ ਬਹੁਤ ਹੋਣਗੇ ਉਹਨਾਂ ਦੇ ਮੂੰਹੋਂ ਇਹ ਗੱਲ ਨਿਕਲ ਗਈ ਕਹਿੰਦੇ ਬਹੁਤ ਹੋਣਗੇ ਕਹਿੰਦੇ ਜਾ ਦਰਸ਼ਨ ਸੁਣੂ ਲਿਆ ਮੈਂ ਭਾਈ ਉਹ ਸਾਈਕਲ ਉਹ ਦੋਨੂੰ ਸਿੱਧਾ ਕਰ ਲਿਆ ਤੇ ਇੱਕ ਗੱਲ ਹੋਰ ਕਹੀ ਕਹਿੰਦੇ ਬੀਬੀ ਆ ਤਾਂ ਰੱਜਿਆ ਹੋਇਆ ਕਹਿੰਦੇ ਇਹ ਇਹ ਭੁੱਖਾ ਇਹਨੂੰ ਪ੍ਰਸ਼ਾਦ ਅਰਸ਼ ਖਾ ਦੇ ਕਿਹੜੀ ਗੱਲ ਉਹ ਮੇਰੇ ਕੰਨੀ ਝਾਕੇ ਮੈਂ ਉਹਦੇ ਕੰਨੀ ਇੱਕ ਦੂਜੇ ਕੰਨੀ ਵੀ ਕਿਹੜੀ ਗੱਲ ਨਹਿਰ ਤੇ ਕਰੀ ਸੀ ਉਹ ਗੁਰੂ ਦੀ ਕਿਰਪਾ ਦੇ ਨਾਲ ਭਾਈ ਸਿਆਉਣੀਆਂ ਨੇ ਜੇ ਫਿਰ ਜਦੋਂ ਜਾ ਕੇ ਮੈਂ ਗਿਆ ਉਹ ਸਮਾਗਮ ਟਰਕੇ ਪੈ ਗਏ ਸੀ ਮਹਾਰਾਜ ਤੋਂ ਉਹ ਭਾਈ ਸਿਆਉਣੀਆਂ ਨੇ ਸੱਦੇ ਤੇ ਉਹ ਵੀ ਉੱਠ ਗਏ ਉਹ ਤੁਰ ਪੇ ਆ ਕੇ ਕਹਿੰਦੇ ਭਾਈ ਇਹ ਇੱਥੇ ਦਰਸ਼ੀਂ ਕਿ ਮਾਡਲ ਟਾਉਨ ਬਹੁਤ ਨੇ ਜਾਓ ਗੱਜ-ਵੱਜ ਕੇ ਉੱਥੇ ਤੁਸੀਂ ਸਮਾਗਮ ਤੇ ਕਰੋੜ ਭਾਂਚੋ ਫਿਰ ਇਹ ਤਿੰਨ ਜਾਣੇ ਮੋਟਰਸਾਈਕਲ ਤੇ ਗਏ ਇੱਕ ਗੁਰਵਕਸਿਓ ਗਿੱਲ ਹਰਦੀਾਲ ਸਿਉਣੀ ਤੇ ਦੂਸਰੇ ਦਰਸ਼ਨ ਸਿਉਣੀ ਬੜਾ ਚੜ੍ਹਦੀ ਕਲਾ ਚ ਹੋਇਆ ਲਾਪਨ ਵਾਲਾ ਜਿਹੜਾ ਉਹਨੇ ਸ਼ਬਦ ਪੜ੍ਹਿਆ ਲਾਪਨ ਵਾਲਾ ਘੜੀ ਸਾਜ ਹਰਦੀਾਲ ਸਿਉ ਉਹਨਾਂ ਨੇ ਸ਼ਬਦ ਪੜ੍ਹਿਆ ਮੇਰੇ ਹੁਣ ਤੱਕ ਯਾਦ ਹੈ ਉਹ ਉਹਨਾਂ ਨੇ ਜਦੋਂ ਕਿਹਾ ਤੇ ਬਾਕੀ ਗੁਰੂ ਦੀ ਕਿਰਪਾ ਨਾਲ ਪ੍ਰਭ ਤੇਰੇ ਪਗ ਕੀ ਨਾ ਨਾ ਬੂਝ ਗਈ ਗਈ ਮਿਲ ਸਾਧ ਜਨ ਇਹ ਸ਼ਬਦ ਪੜ੍ਹਿਆ ਇੰਨਾ ਮੈਂ ਟੀਚਰ ਇਕੱਠੇ ਕਰੇ ਵੇਸੇ ਇਰਦ ਗਿਰਦੇ ਤੇ ਫਿਰ ਉਹ ਉੱਥੇ ਪਾਈ ਉਹ ਜਿਵੇਂ ਪੁਣਾ ਤੇ ਇਕੱਠੇ ਹੋ ਗਿਆ ਉਹ ਕਹਿੰਦੇ ਜੀ ਕਮਾਲ ਹੋ ਗਈ ਜੀ ਨੇ ਉਹ ਮੇਰੇ ਮੂੰਹੋਂ ਨਿਕਲ ਗਿਆ ਜਦੋਂ ਪੜ੍ਹ ਕੇ ਹਟਿਆ ਇੰਨਾ ਸਨਾਟਾ ਸ਼ਾ ਗਿਆ ਜਦੋਂ ਉਹਨਾਂ ਨੇ ਤਖਬੂਜ ਗਈ ਗਈ ਮਿਲ ਸਾਤ ਜਨਾਇ ਸ਼ਬਦ ਪੜਿਆ ਕਿਹੜੇ ਦੂਜੇ ਨਾਲ ਦਾੜੀ ਇਕੱਠੇ ਵੀ ਟੀਚਰ ਸੇ ਤੇ ਬਾਕੀ ਉਹਨਾਂ ਤੇ ਸਾਰਾ ਮੰਡਲੀ ਕੁਝ ਹੋਰ ਬਣ ਗਿਆ ਉਹ ਮੈਨੂੰ ਕਹਿੰਦੇ ਜੀ ਕਮਾਲ ਹੋ ਗਈ ਵੀ ਉਹ ਵੀ ਇਹੇ ਜੇ ਤੇ ਦੂਸਰੇ ਪੱਖ ਤੇ ਬਾਹਰ ਖੜੇ ਗੱਲ ਕਰਨੇ ਆ ਦੋ ਚਾਰ ਬੰਦੇ ਕਹਿੰਦੇ ਓਏ ਲੈਂਦੇ ਕੁਝ ਨਹੀਂ ਕਿਹੜੀ ਮਿਸਰੀ ਤੇ ਦਾਖਾ ਨੇ ਉਹ ਵੀ ਕਹਿੰਦੇ ਵੰਡ ਦਿੰਦੇ ਨੇ ਕਿਹੜੀ ਇੱਥੇ ਆਬਦ ਭੇਟ ਕੋਈ ਧਰ ਦਿੰਦਾ ਉਹ ਗੋਲਕ ਚ ਪਾ ਜਾਂਦੇ ਨੇ ਵੀ ਨਹੀਂ ਤਾਂ سلسلہ ਬਹੁਤ ਬਾੜਿਆਂ ਨੂੰ ਰਜਾ ਨਹੀਂ ਸਕਦੇ ਜਿਹੜੇ ਟਾਡੀ ਰਾਗੀ ਹੁੰਦੇ ਨੇ ਵੀ ਇਹ ਤਾਂ ਕਮਾਲ ਹੋ ਗਈ ਫੇਰ ਭਾਈ ਉਹ ਮਹੀਨੇ ਵਾਲਾ ਸਮਾਗਮ ਆਰੰਭ ਹੋ ਗਿਆ ਉੱਥੇ ਤੇ ਮਾਸਟਰ ਜਗਿੰਦਰ ਸਿੰਘ ਬੁਰੁੰਦੀ ਇਹ 1958 ਦੀ ਗੱਲ ਕਰਦਾ ਮੈਂ ਤੇ ਕਹਿੰਦੇ ਇੱਕ ਮਹੀਨੇ ਚ ਆਪਾਂ ਭਾਈ ਇੱਕ ਰੈਣ ਸਬਾਈ ਕੀਰਤਨ ਹ ਜਰੂਰ ਕਰਨਾ ਉਹਦੇ ਜਿੱਦ ਸਖਤਰੀ ਦੀ ਸੇਵਾ ਮੈਨੂੰ ਮਾਹ ਜੀ ਮੈਂ ਤਾਂ ਬੱਚਾ ਨਹੀਂ ਕਹਿੰਦੇ ਤੇ ਤੂੰ ਸੇਵਾ ਲੈਣੀ ਆ ਦੂਜਾ ਸੇ ਹੈਗਾ ਅਸੀਂ ਉੱਥੇ ਬੜਿਆਣੀ ਸਮਾਗਮ ਤੇ ਦੂਸਰੇ ਪਾਸੇ ਜਿਉਂ ਉਹ ਚੱਲੇ ਸਮਾਗਮ ਗੁਰੂ ਦੀ ਕਿਰਪਾ ਨਾਲ ਮੇਰੇ ਕੋਲ ਤਾਂ ਫਿਰ ਉਹ ਸੱਚੇ ਪਰਸਲ 1.5 ਸਾਲ ਦੀ ਲਿਸਟ ਹੋ ਗਈ ਬਈ ਉਸਨਾਂ ਸਾਡੇ ਕਰੋ ਸਾਡੇ ਕਰੋ ਕਹਿੰਦੇ ਵੀ ਇਹਨਾਂ ਦਾ ਖਰਚ ਕੋਈ ਨਹੀਂ ਰਾਤ ਨੂੰ ਕਹਿੰਦੇ ਨੇ ਮੂੰਗੀ ਦਾਲ ਹੋਵੇ ਜਾਂ ਦਲੀਆ ਹੋਵੇ ਜਿਨੇ ਹੁਣ ਸਾਰੀ ਬੈਠ ਕੇ ਰਾਤ ਇਕ ਇਤਨੇ ਸੁਣਨਾ ਹੈ ਉਹ ਭਾਰੀ ਗੇਜਾ ਤਾਂ ਖਾ ਨਹੀਂ ਸਕਦਾ ਚਲੋ ਗੁਰੂ ਦੀ ਕਿਰਪਾ ਨਾਲ ਫਿਰ ਉਹ ਬੇਵਸੀ ਚ ਪਈ ਜਦੋਂ ਇੱਧਰ ਆਏ ਫਿਰ ਮਾਸਟਰ ਸਤਪੰਤ ਸਿੰਘ ਲਾ ਪਰ ਸਤਪੰਤ ਸਿੰਘ ਦਰਾਹੇ ਕੋਲ ਦੇ ਉਹਨਾਂ ਦਾ ਪਿੰਡ ਹੈਗਾ ਸੀ ਫਿਰ ਉਹਨਾਂ ਨੂੰ ਡਿਊਟੀ ਦਿੱਤੀ ਮੈਂ 2-4 ਸਾਲ ਬਾਅਦ ਕਹਿਣਾ ਵੀ ਜੀ ਹੁਣ ਮੈਨੂੰ ਛੁੱਟੀ ਦੇ ਦਿਓ ਤੁਸੀਂ ਉਹਨਾਂ ਨੇ ਕਿਹਾ ਨਹੀਂ ਨਹੀਂ ਬਹੁਤ ਠੀਕ ਹੈ ਗੁਰੂ ਦੀ ਕਿਰਪਾ ਦੇ ਨਾਲ 58 ਤੋਂ ਲਾ ਕੇ 82 ਤੱਕ 81 ਤੱਕ ਗੁਰੂ ਗੁਰੂ ਦੀ ਕਿਰਪਾ ਨਾਲ ਸਖਤਰ ਦੀ ਸੇਵਾ ਸੈਕਟਰੀ ਦੀ ਮੇਰੇ ਕੋਲ ਹੀ ਰਹੀ ਹੈ ਇਸ ਤਰ੍ਹਾਂ ਦਾ ਸਾਰੀ ਬੜਾਈ ਸਤਿਗੁਰ ਦੀ ਆ ਜੀ ਤੋਂ ਭਾਈ ਭਾਈ ਬਚਿੱਤਰ ਸਿੰਘ ਨੇ ਸੱਚੇ ਪਾਤਸ਼ਾਹ ਨੇ ਥਾਪੜਾ ਦਿੱਤਾ ਹਾਥੀਆਂ ਨਾਲ ਲੜਾਤਾ ਉਹਨਾਂ ਦੀ ਫੌਜ ਨੂੰ ਕੋਚਲਤਾ ਉਸਨੇ ਇਸ ਤਰ੍ਹਾਂ ਸਾਰੀ ਬੜਾਈਏ ਸੰਗਤਾਂ ਦੀ ਹੈ ਮੈਂ ਤਾਂ ਕਿਹਾ ਉਦੋਂ ਮੈਂ ਬੱਚਾ ਮਾਸਟਰ ਜੀ ਕਹਿਣ ਲੱਗੇ ਬੰਦੇ ਨਹੀਂ ਕਾਕਾ ਤੇ ਤੋਂ ਸੇਵਾ ਲੈਣੀ ਹੈ ਇਹ ਗੁਰੂ ਦੀ ਕਿਰਪਾ ਦੇ ਨਾਲ ਇਹ ਸਾਰੀ ਉਹ ਦੀ ਬੜਾਈ ਆ ਜਿੱਤੋਂ ਭਈ ਕੋਈ ਸੇਵਾ ਲੈਣੀ ਹੁੰਦੀ ਆ ਫਿਰ ਉਹ ਪੈਦਲ ਕਦੇ ਬੱਸਾਂ 'ਚ ਆਪੋ ਆਪਣੇ ਕਰਾਇਆਂ ਸਾਧਨਾ ਤੇ ਜਾਣਾ ਤੇ ਬਾਕੀ ਰਣਸਵਾਈ ਕੀਰਤਨ ਕਰਨਾ ਤੇ ਪ੍ਰਸ਼ਾਦ ਪਾਣੀ ਸ਼ੱਕੇ ਆ ਜਾਣਾ ਅੰਮ੍ਰਿਤ ਸੰਚਾਰ ਬਹੁਤ ਫਿਰ ਇਹ ਪਿੰਡਾਂ ਵਿੱਚ ਇਸ ਦੀ ਲਹਿਰ ਚੱਲੀ ਗੁਰੂ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ ਰਹੀ ਹੈ ਸਾਰੀ ਬੜਾਈ ਸਤਿਗੁਰ ਦੀ ਹੈ ਤੇ ਫਿਰ ਉਦੋਂ ਬਾਅਦ ਇੱਥੇ ਆ ਕੇ ਚਲੋ ਇੱਥੇ ਆ ਗਏ ਗੁਰੂ ਦੀ ਕਿਰਪਾ ਨਾਲ ਇੱਥੇ ਉਹ ਸਰਦਾਰ ਸਰਜੀਤ ਸਿੰਘ ਜਿਹੜੇ ਆ ਆਪਣੇ ਸੁਧਾਰਦੇ ਉਹ ਕਹਿੰਦੇ ਮਾਸਟਰ ਜੀ ਕਿਉਂ ਸੂਰਜ ਆਉਂਦਾ ਆਉਂਦਾ ਮੇਰਾ ਨਾਂ ਵੀ ਇਸ ਤਰ੍ਹਾਂ ਦਾ ਕਰਕੇ ਕਹਿੰਦੇ ਤੁਸੀਂ ਉੱਥੇ ਸੇਵਾ ਕਰਦੇ ਆ ਹੋ ਇੱਥੇ ਵੀ ਸ਼ੁਰੂ ਕਰੋ ਤੇ ਬਾਕੀ ਇੱਥੇ ਉਹ ਕਰਦੇ ਸੀ ਫਿਰ ਤਿੰਨ ਤੋਂ ਚਾਰ ਸੇਮਰਨ ਇੱਕ ਘੰਟਾ ਫਿਰ ਨਿਤਨੇਮ ਫਿਰ ਕੀਰਤਨ ਹੋਣਾ ਉਹ ਸੇਵਾ ਫਿਰ ਮੈਨੂੰ ਬਿਆਸੀ 'ਚ ਇੱਥੇ ਫਿਰ ਬਹੁਤ ਸਾਲ ਗੁਰੂ ਦੀ ਕਿਰਪਾ ਨਾਲ ਸਟੇਜ ਮੇਰੇ ਕੋਲ ਰਹੀ ਹੁਣ ਤਿੰਨ ਚਾਰ ਸਾਲ ਤੋਂ ਪਾਈ ਗੁਰੂ ਦੀ ਕਿਰਪਾ ਨਾਲ ਕਮਲਜੀਤ ਸਿੰਘ ਦੀਵੰਦਰ ਸਿੰਘ ਹੋਰ ਕਿਹੜੇ ਸਿੰਘ ਭਾਈ ਨਹੀਂ ਗੀਨਾ ਸੋਣੀ ਜਾਂ ਹੋਰ ਇਸ ਤਰ੍ਹਾਂ ਦਾ ਗੁਰੂ ਦੀ ਕਿਰਪਾ ਨਾਲ ਕਿਉਂ ਮੈਨੂੰ ਤਾਂ ਹੁਣ ਘੰਟਾ ਅੱਧ ਘੰਟਾ ਵੀ ਬੈਠਣਾ ਬਾਹਰ ਔਖਾ ਏ ਇਸ ਕਰਕੇ ਉਮਰ ਦੇ ਨਾਲ ਕਿਉਂ 90 ਮਾਂ ਲੱਗਿਆ ਹੋਇਆ ਇਹ ਪਹਿਲਾਂ ਗੁਰੂ ਦੀ ਕਿਰਪਾ ਨਾਲ ਮੇਰੇ ਕੋਲੇ ਸੇਵਾ ਇਥੇ ਲਗਾਤਾਰ ਹੀ ਬਾਹਰ ਅੰਦਰ ਜਾਣਾ ਟ੍ਰਾਂਟੋ ਕੈਲਗਰੀ ਹੋਰ ਸਮਾਗਮ ਤੇ ਹੁਣ ਮੈਂ ਕਿਤੇ ਬਾਹਰ ਅੰਦਰ ਵੀ ਨਹੀਂ ਜਾਂਦਾ ਗੁਰੂ ਦੀ ਕਿਰਪਾ ਦੇ ਨਾਲ ਘਰੇ ਨਿਤਨੇਮ ਨਹੀਂ ਵੀ ਜਾਂਦਾ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਤੇ ਬਾਕੀ ਕਿਹੜੀ ਹੋਏਗੀ ਗੱਲ ਇਹ ਸਾਰੀ ਬੜਿਆਈ ਸਤਿਗੁਰ ਦੀ ਹੈ ਜੇ ਬੰਦਾ ਖੇ ਬੰਦਾ ਕੀ ਕੀਤਾ ਕਰਨਾ ਸਰਵ ਰਜ਼ਾਈ ਕਿਛ ਕੀਚਾ ਜੇ ਕਰ ਸਕੀ ਹੈ ਆਪਣਾ ਕੀਤਾ ਕਿਛੂ ਨਾ ਹੋਵੇ ਜਿਉ ਹਰ ਭਾਵੈ ਤੇ ਉਹ ਰੱਖੀ ਹੈ ਮੇਰੇ ਹਰ ਜੀਉ ਸਭ ਕੋ ਤੇਰੇ ਬਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮਸਾਕੇ ਜੇ ਕਰ ਹਮ ਕਰ ਖਾਕੇ ਜੇ ਭਾਵੇਂ ਤੇ ਵਾ ਵਖਸ਼ੇ ਸਾਰੀ ਬੜਿਆਈ ਉਹਦੀ ਹੈ ਜੇ ਤੋਂ ਕੋਈ ਭਾਈ ਸੇਵਾ ਲੈਣੀ ਹੈ ਸੱਚੇ ਪਾਤਸ਼ਾਹ ਸ਼ਿਰ ਤੇ ਮੇਰਾ ਪਰ ਹੱਥ ਰੱਖਦੇ ਨੇ ਬਾਕੀ ਗੁਰਮਤ ਗੁਰਸਿੱਖੀ ਬਹੁਤ ਉੱਚੀ ਹੈ ਤੇ ਸਾਡੇ ਕੋਲ ਫਿਰ ਆ ਕਿਹੜੀ ਅਬ ਉਹਦੇ ਸੁਣੀਏ ਨੇ ਕਿਹਾ ਤੁਸੀਂ ਭਾਈ ਸੁਣੀ ਦੇ ਦਰਸ਼ਨ ਕਰੇ ਨੇ ਲਿਖੋ ਮੈਂ ਕਿਡਾ ਲਿਖਾਰੀਆਂ ਤੇ ਉਹ ਕਹਿੰਦੇ ਤੁਸੀਂ ਲੈਟਰ ਨਹੀਂ ਲਿਖਦੇ ਚਿੱਠੀਆਂ ਚਲੋ ਫਿਰ ਸਭ ਆਵ ਗੁਣ ਗੁਰੂ ਦੀ ਕਿਰਪਾ ਦੇ ਨਾਲ ਇਹ ਪੁਸਤਕ ਕਿਹੜੀ ਸੱਚੇ ਪਾਤਸ਼ਾਹ ਨੇ ਪੰਜ ਚਾਰ ਮਹੀਨੇ ਮੈਂ ਲੱਗਿਆ ਰਹਾ ਤੇ ਫਿਰ ਉਸ ਤੋਂ ਬਾਅਦ 1000 ਕਾਪੀ ਛਪਾਈ ਹੁਣ ਉਹ ਆਪਣੇ ਨਗਰ ਵਿੱਚ ਫਰਵਾਲੀ ਕਾਡਾ ਟ੍ਰਸਟ ਸ਼ਰਮ VIA ਗੁਰੂ ਦੀ ਕਿਰਪਾ ਨਾਲ 1990 ਤੋਂ ਲਾ ਕੇ ਹੁਣ ਤੁਸੀਂ ਦੇਖ ਲਓ ਇਸ ਵੇਲੇ ਸੱਚੇ ਪਾਤਸ਼ਾਹ ਦੀ 1 ਲੱਖ ਸ਼ੁਰੂ ਕਰਿਆ ਸੀ 베ਰੀਆਂ ਤੋੜ ਕੇ ਅੱਜ ਗੁਰੂ ਦੇ ਐਡੀ ਵੱਡੀ ਬਖਸ਼ਿਸ਼ ਹੋਈ ਹੋਈ ਐ ਵੀ ਉਹ 95 ਲੱਖ ਦਾ ਉੱਥੇ ਫੜੀਆਂ ਬਣੀਆਂ ਨੇ 7-8 ਲੱਖ ਵਿਆਜ ਬਣ ਜਾਂਦਾ ਉਹ ਬੱਚਿਆਂ ਨੂੰ ਜਿਹੜੇ ਦੂਰੋਂ ਨੇੜੇੋਂ ਆਉਂਦੇ ਨੇ ਤੇ 26-27 ਨਵੰਬਰ ਦਾ ਹੁਣ ਸਮਾਗਮ ਹੋ ਕੇ ਛਟਿਆ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਦੋ ਕੰਡੀਸ਼ਨਾਂ ਨੇ ਉਹਦੇ ਵਿੱਚ ਰੱਖੀਆਂ ਹੋਈਆਂ ਇੱਕ ਤਾਂ ਇਹ ਐ ਵੀ ਉਹ ਬੱਚੇ ਉਹੀ ਉੱਥੇ ਲੈਣੇ ਅੰਮ੍ਰਿਤਧਾਰੀ ਇੱਕ ਪ੍ਰਿੰਸੀਪਲ ਜਾਂ ਕਿਹੜਾ ਹੈੱਡ ਹੈ ਉਹਨੇ ਤਸਦੀਕ ਕਰਨੇ ਵੀ ਇਹ ਸਾਡੇ ਸਕੂਲ ਦੇ ਸਟੂਡੈਂਟ ਨੇ ਉਹ ਬਤੇ ਹੁੰਦੇ ਨੇ ਉਹਨਾਂ ਨੂੰ ਫਿਰ ਨਕਸ ਦੇ ਨਾਮ ਟਰੋਫੀਆਂ ਤੇ ਹੋਰ ਸਭ ਕੁਝ ਇੱਕ ਖੁਸ਼ੀ ਦੀ ਗੱਲ ਤੁਹਾਨੂੰ ਮੈਂ ਦੱਸਦਾ ਬਈ ਉਹ ਹੋ ਹੁਣ ਇੱਕ ਵਿੱਗਾ ਥਾਂ ਹੈ ਉਹਦੇ ਵਿੱਚ ਕਿਹੜਾ ਹਾਲ ਬਣਿਆ ਗੁਰੂ ਦੀ ਕਿਰਪਾ ਨਾਲ 3 ਸਾਲ ਚ ਬਣਿਆ ਮੇਰੇ ਕੋਲ ਇੱਕ ਦੁਕਾਨ ਸੀ ਉੱਥੇ ਸਾਡੇ ਕੋਲ ਸੁਨੌੜ ਉਹ ਵੀ ਵੇਚਦੀ ਮੈਂ ਗੁਰੂ ਦੀ ਕਿਰਪਾ ਦੇ ਨਾਲ ਐਸ ਵੇਲੇ ਤੁਸੀਂ ਦੇਖ ਲਓ 41.50 ਹਜ਼ਾਰ ਉਹਦੇ ਤੇ ਲੱਗਿਆ ਤੇ ਇਹ ਸਾਰਾ ਕੁਝ ਕਿਹੜੀ ਮੈਂ ਖੁਸ਼ੀ ਦੀ ਗੱਲ ਦੱਸਦਾ ਰਾਸਟਲੇ ਹੁਣ ਸੱਤ ਮੈਂਬਰ ਨੇ ਦੋ ਤਾਂ ਮੇਰੇ ਸਟੂਡੈਂਟ ਨੇ ਚਲੋ ਜਿਆਦੇ ਮੈਂ ਲੰਬਾ ਨਾ ਜਾਵਾਂ ਤੇ ਦੂਸਰੇ ਪੱਖ ਤੇ ਇਹ ਚੀਜ਼ ਹੈਗੀ ਹੈ ਵੀ ਉਹ ਟਰਸਟ ਦੇ ਨਾਂ ਤੇ ਹੈ ਵਿਰਾਸਤ ਨਾਲ ਉਹਦਾ ਕੋਈ ਸਬੰਧ ਨਹੀਂ ਜਿਹੜਾ ਟਰਸਟ ਹੈ ਇੱਕ ਬਿਗਾ ਥਾਂ ਹੈਗਾ ਤੇ ਦੂਸਰੇ 95 ਲੱਖ ਗੁਰੂ ਦੀ ਕਿਰਪਾ ਨਾਲ ਐਫ ਡੀਆਂ ਬਣੀਆਂ ਨੇ ਉਹਦਾ ਮਾਲਕਾ ਟਰਸਟ ਹੈ ਉਹਦਾ ਸੰਵਿਧਾਨ ਬਣਿਆ ਰਜਿਸਟ੍ਰੇਸ਼ਨ ਬਣਿਆ ਹੈ ਜੇ ਕੋਈ ਬਾਹਰ ਅੰਦਰ ਚਲੇ ਗਿਆ ਚਲਚਲਾਈ ਕਰ ਗਿਆ ਉਹਦੇ ਵਿੱਚ ਉਹਨਾਂ ਨੇ ਪਾ ਲੈਣਾ ਹਾਂ ਬੱਚਿਆਂ ਦੀ ਇੱਕ ਗੱਲ ਹੈਗੀ ਵੀ ਜੇ ਇਹਨਾਂ ਦਾ ਕੋਈ ਸੇਵਾ ਕਰਨ ਦਾ ਕਿਸੇ ਦਾ ਨਿਸ਼ਾਨਾ ਹੋਵੇ ਉਹ ਕਰ ਲਵੇ ਬਾਕੀ ਵਿਰਾਸਤ ਦੇ ਨਾਲ ਕੋਈ ਸਬੰਧ ਨਹੀਂ ਉਹਦਾ ਵੀ ਉਹਦੇ ਮਾਲਕ ਟਰਸਟੀ ਹੈ ਸਮਝਾਣ ਬਣਿਆ ਰਜਿਸਟਰ ਇੰਸਟ੍ਰੂਮੈਂਟ ਹੈ ਸਾਰੀ ਬੜੀਆ ਸਤਿਗੁਰ ਦੀ ਹੈ ਤੇ ਮੈਂ ਤਾਂ ਹਰ ਸਾਲ ਹੁਣ ਦੋ ਸਾਲ ਦਾ ਕਿਉਂ ਸਫਲ ਕਰਨਾ ਵੀ ਔਖਾ ਹੈ ਤੇ ਬਾਕੀ ਉਹ ਸਾਰਾ ਕੁਝ ਕਰਦੇ ਨੇ ਚੜ੍ਹਦੀ ਕਲਾ ਵਿੱਚ ਉਸ ਸਮਾਗਮ ਹੋ ਰਹੇ ਨੇ ਤੇ ਗੁਰੂ ਦੀ ਕਿਰਪਾ ਦੇ ਨਾਲ ਸਮਝ ਲਓ ਤੁਸੀਂ ਇੱਕੀ 39 ਟੀਮਾਂ ਆਈਆਂ ਕੀਰਤਨ ਵਾਲੀਆਂ ਵਾਕਈ ਸ਼ੁੱਧ ਪਾਠ ਜੁੜਵੇਂ ਸਰੂਪ ਤੇ ਹੋਰ ਸਾਰੀ ਬੜੀਆਈ ਸਤਿਗੁਰ ਦੀ ਹੈ ਇੱਦਲੇ ਪਾਸੇ ਸੱਚੇ ਪਾਤਸ਼ਾਹ ਜਿੰਨੀ ਜਿੰਨੀ ਬਖਸ਼ਿਸ਼ ਕਰਦੇ ਉਨੀ ਸੇ ਵਲੇ ਜਾਂਦੇ ਨੇ ਬਾਕੀ ਤਾਂ ਭਾਈ ਜੀਵ ਕਿਹੜਾ ਹੈ ਇਹ ਸਦਾ ਭੁੱਲਣ ਹਾਰਾ ਹੈ ਜੈਸਾ ਬਾਲਕ ਭਾਈ ਸੁਭਾਈ ਲੱਖ ਉਪਰਾਧ ਕਮਾਵੇ ਕਰ ਉਪਦੇਸ ਛਿੜਕੇ ਬਹੁਪਾਂਤੀ ਬਹੁੜ ਪਿਤਾ ਕਰ ਲਾਵੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਹੀ ਅਰਦਾਸ ਹੈ ਇਹ ਸੱਚੇ ਪਾਤਸ਼ਾਹ ਜੈਸਾ ਬਾਲਕ ਭਾਈ ਸੁਭਾਈ ਲੱਖ ਉਪਰਾਧ ਕਮਾਵੇ ਕਰ ਉਪਦੇਸ ਛਿੜਕੇ ਬਹੁਪਾਂਤੀ ਬਹੁੜ ਪਿਤਾ ਕਰ ਲਾਵੇ ਤੇਰੇ ਸੱਚੇ ਪਾਤਸ਼ਾਹ ਜਿਹੜੇ ਓਗਣ ਨੇ ਉਹ ਬਖਸ਼ ਦੇ ਭੁੱਲਾਂ ਬਖਸ਼ ਦੇ ਬਾਕੀ ਨਾਨਕ ਦਾ ਹਸ ਮੁਖਤੇ ਜਿਵੇਂ ਬਾਲਕ ਪਾਈ ਸੋਈ ਲਖ ਪ੍ਰਾਰਥਨਾ ਕਰ ਉਪਦੇਸ਼ ਛਿੜਕੇ ਪਾਪਾਂ ਦੀ ਬੋੜ ਪਿਤਾ ਗੱਲਾ ਵੀ ਤੇਰੇ ਹਾਂ ਸੱਚੇ ਪਾਤਸ਼ਾਹ ਇੱਕ ਗੱਲ ਹੈ ਤੇਰੇ ਦੀ ਮਾਨ ਹੈ ਤਾਣਾ ਤੂੰ ਹੀ ਹੈ ਸਭ ਕੁਝ ਮੈਂ ਤਾਂ ਕਿਹੜਾ ਹਾਂ ਸਾਰਾ ਜੀਵ ਸੁਆਸ ਸੁਆਸ ਭੋਲਣ ਹਰ ਹਾਂ ਇਸ ਰਮਨ ਵਿੱਚ ਸੱਚੇ ਪਾਤਸ਼ਾਹ ਸਾਰੀ ਉਹਦੀ ਵਡਿਆਈ ਹੈ ਉਹਦੀ ਬਖਸ਼ਿਸ਼ ਹੈ ਹਾਂਜੀ ਵਾਹਿਗੁਰੂ ਵਾਹਿਗੁਰੂ ਕਾ ਜੀ ਕੀ ਫਟੇ ਗੱਜ ਤੇ ਨਾਲੇ ਤੁਚਾ ਹੁਣ ਆਪਾਂ ਪਤਾ ਕੀ ਕਰਦੇ ਆ ਐਕਸਾ ਤੁਸੀਂ ਜਿਵੇਂ ਸ਼ੂਟਿੰਗ ਕਟਣਾ ਵਾ ਤੁਸੀਂ ਇੱਕ ਵਾਰੀ ਤੁਸੀਂ ਦੱਸਿਆ ਸੀ ਜਿਵੇਂ ਅ ਕਦਾ ਕਰੀਏ ਕਿਹੜਾ ਕਿਹੜਾ ਪੁਆਇੰਟ ਕੋਈ ਹੋਰ ਹਾਂਜੀ ਮੈਂ ਪੁਆਇੰਟ ਦੇ ਸੰਖੇਪ ਵਿੱਚ ਤਰੁਤੇ ਜਿੰਨਾ ਕਿ ਜਿੰਨਾ ਮਰਜੀ ਲੰਮਾ ਕਰ ਲੋ ਕੋਈ ਫਰਕ ਆਹਾ ਹੁਣ ਇਉਂ ਤਾਂ ਇਹ ਵੀ ਟੇਪ ਮੁੱਕ ਜਾਣੀ ਆ ਇਲੈਕਟ੍ਰੋਨਿਕ ਹੋਇਆ ਜਿੰਨਾ ਮਰਜੀ ਨਹੀਂ ਚਲੋ ਜਿਵੇਂ ਗੁਰੂ ਨੇ ਸੰਖੇਪ ਤੌਰ ਤੇ ਆਗੇ ਆ ਠੀਕ ਹੈ ਜਿੰਨਾ ਹੁਣ ਗੁਰੂ ਦੀ ਕਿਰਪਾ ਨਾਲ 9:12 ਹੋ ਗਏ 9:12 ਅੱਧਾ ਘੰਟਾ ਪਾਵੇਂ ਹੋਰ ਲਾਲੋ ਜਿੰਨਾ ਤੁਹਾਨੂੰ ਸ਼ੀਖ ਲੱਗੂਗਾ ਜਿੰਨਾ ਹਨਾ ਹੋਰ ਤੁਸੀਂ ਇੱਕ ਦੋ ਚੀਜ਼ਾਂ ਮੈਂ ਤੁਹਾਡੇ ਕੋਲੋਂ ਪਹਿਲਾਂ ਪੁੱਛ ਲੈਂਦਾ ਹਾਂ ਕਿਹੜੀਆਂ ਪੁੱਛੋਗੇ ਉਹਦੇ ਫਿਰ ਮੈਂ ਇੱਕ ਤਾਂ ਮਾਤਾ ਜੀ ਬਾਰੇ ਥੋੜਾ ਜਿਹਾ ਦੱਸੋ ਹੋਰ ਹਾਂ ਮੇਰੇ ਮਾਤਾ ਜੀ ਸਮਝ ਲਓ ਮੇਰੇ ਮਾਤਾ ਜੀ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਜਨਮ ਲੱਗਾ ਤੇ ਮੇਰੇ ਨਾਨਾ ਜੀ ਕਿਹੜੇ ਹੈਗੇ ਸੇ ਉਹ ਸੂਬੇਦਾਰ ਸੁੰਦਰ ਸੋਣੀ ਇੱਕ ਵਾਰੀ ਸੰਤ ਬਾਬਾ ਅਤਰਸੋਂ ਮਾਸੋਂ ਉਹਨਾਂ ਨੂੰ ਘਰੇ ਲਿਆਂਦਾ ਘਰੇ ਲਿਆ ਕੇ ਅਖੰਡ ਪਾਠ ਸਮਾਗਮ ਹੋਇਆ ਤੇ ਫਿਰ ਉਹਨਾਂ ਨੇ ਮੇਰੇ ਨਾਨਾ ਜੀ ਨੂੰ ਥਾਪੀ ਦਿੱਤੀ ਕਹਿੰਦੇ ਭਾਈ ਤੂੰ ਤਾਂ ਬਚਪਨ ਤੋਂ ਕਿਹੜਾ ਹੈਗਾ ਹੈ ਗੁਰੂ ਦੀ ਬਖਸ਼ਾ ਤੇਰੇ ਜਤੀ ਸਤੀਆਂ ਤੂੰ ਇਹ ਕਿਉਂ ਮੇਰੀ ਬਿਮਾਤਾ ਜੀ ਦੇ ਆਨੰਦਕਾਰ ਜਿੱਤਾ ਬਾਅਦ ਚ ਹੋਏ ਉਹ ਪਹਿਲਾਂ ਚੜਾਈ ਕਰਕੇ ਨਾਨਾ ਜੀ ਸੁੰਦਰ ਸੋਹਣੀ ਉਹਨਾਂ ਦੀ ਗੱਲ ਮੈਂ ਦੱਸਦਾ ਉਹ ਬੇਬੀ ਜੀ ਦੱਸਦੀ ਹੁੰਦੀ ਵੀ ਐਸ ਤਰ੍ਹਾਂ ਦਾ ਕਰਕੇ ਉਤੋਂ ਫਿਰ ਮੇਰਾ ਪਿੰਡ ਫਰਵਾਲੀ ਹੈ ਪਰਵਾਲੀ ਗੁਰੂ ਦੀ ਕਿਰਪਾ ਨਾਲ ਮੈਂ ਤੁਹਾਨੂੰ ਬੇਨਤੀ ਕਰੀ ਚੁੱਕਿਆ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਹਿਲਾਂ 2 ਸਾਲ ਪਹਿਲਾਂ ਮੈਂ ਕਹਿਣਾ ਉਹ 2 ਸਾਲ ਮੈਂ ਖਰਾਬ ਕਰ ਲੇ ਕਿਉਂ ਮੈਂ ਕਲਾਸ ਵਿੱਚ ਲੰਬਾ ਸੀ ਤੇ ਦੂਸਰੇ ਪੱਖ ਤੇ ਜਦੋਂ ਫਿਰ ਭਾਈ ਅੰਮ੍ਰਿਤਦੀਦਾਸ ਮਿਲ ਗਈ ਫਿਰ ਮੇਰੇ ਮਨ 'ਚ ਇਹ ਆ ਗਿਆ ਵੀ ਤੇਰੇ ਤਾਂ ਲੇਖੇ ਅੰਦਰ ਹੀ 2 ਸਾਲ ਨੇ ਬਾਕੀ ਤਾਂ ਚਖਣਾ ਚਾਹ ਕੀ ਹੈ ਪੜ ਪੜ ਗੱਡੀ ਲੱਦੀਏ ਵੀ ਉਹ ਸਾਰਾ ਆਸਾ ਕੀ ਬਾਰ ਵਿੱਚ ਆਉਂਦਾ ਹੈ ਦਖਣਾ ਚ ਆਖੀ ਹੈ ਵੀ ਬਾਕੀ ਜੇ ਬਾਣੀ ਨਹੀਂ ਹੈਗੀ ਤਾਂ ਕੀ ਹੈ ਪਹਿਲਾਂ ਜਿਹੜਾ ਮੈਂ ਆਪਣੀ ਜਵਾਨਾ ਕਹਿੰਦਾ ਸੀ ਮੈਂ 2 ਸਾਲ ਖਰਾਬ ਕਰ ਲਈ ਗੁਰਦੁਆਰੇ ਸਾਹਿਬ ਫਿਰ ਜਦੋਂ ਭਾਈ ਅੰਮ੍ਰਿਤਜੀਤ ਆਤਮੜੀ ਗਈ ਗੁਰਸਿੱਖੀ ਫਿਰ ਇਹ ਗੱਲ ਆ ਗਈ ਵੀ ਬਾਣੀ ਨੇ ਉਹ ਬਖਸ਼ ਕਰੀਆ ਕਿੜੀ ਕੋਈ ਅੰਤ ਨਹੀਂ ਕਿਸੇ ਤਰ੍ਹਾਂ ਦਾ ਬਾਕੀ ਦਾ ਕਿੜੀ ਪੜ੍ਹਾਈ ਹੈ ਇਹ ਤਾਂ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ ਪੜ੍ਹੀਏ ਜੇ ਤੇ ਬਹੁਤ ਕੁਝ ਹੋਏਗਾ ਵੀ ਇਹ ਦੇ ਨਾਲ ਜੇ ਇਹ ਹੈਗੀ ਹੈ ਤਾਂ ਸਾਰਾ ਕੁਝ ਪੱਲਿਆ ਇੱਕ ਤੁਨ ਮੈਂ ਫਰੀਦਕੋਟ ਕੋਰਸ ਕਰਿਆ ਉੱਥੇ ਦੀ ਗੱਲ ਦੱਸਣ ਲੱਗਿਆ ਉੱਥੇ ਇੱਕ ਰਾਜੇ ਦਾ ਮਹਿਲ ਸੀ ਉਹਦੇ ਚ ਗੁਰਦੁਆਰਾ ਸਾਹਿਬ ਸੀ ਉਹ ਮੇਰੇ ਹੁਣ ਸਾਈਂ ਗੱਲ ਭੁੱਲਦੀ ਉੱਥੇ ਫਿਰ ਉਹ ਕੋਈ ਵਕੀਲ ਸੀ ਉਹ ਬੋਲਿਆ ਗੁਰਸੇਖ ਉਹਦੇ ਕਿਹੜੇ ਬਚਨ ਨੇ ਉਹ ਧਿਆਨ ਨਾਲ ਤੁਸੀਂ ਸੁਣਿਆ ਉਹ ਕਹਿੰਦੇ ਭਾਈ ਤੁਸੀਂ ਬਾਹਰ ਅੰਦਰ ਜਾਓ ਸਾਰੇ ਮੁਲਕਾਂ ਚ ਜਾਓ ਜਿੱਥੇ ਵੀ ਜਾਓ ਤੁਹਾਡੇ ਨਾਲ ਦੋ ਗੱਲਾਂ ਜਾਣੇ ਚਾਹੀਦੀਆਂ ਨੇ ਇੱਕ ਬਾਣੀ ਇੱਕ ਬਾਣੀ ਦੂਜਾ ਬਾਣਾ ਇਹ ਹੋਵੇ ਪਰ ਜੇ ਤੁਸੀਂ ਇਹ ਗੱਲ ਚਲੀ ਗਈ ਹੱਥੋਂ ਫੇਰ ਪੱਲੇ ਕੁਝ ਨਹੀਂ ਹੈਗਾ ਦੋ ਗੱਲਾਂ ਉਹਨਾਂ ਨੇ ਦੱਸੀਆਂ ਬੜੇ ਲੰਬਾਈ ਨਾਲ ਵੀ ਬਾਣਾ ਤੇ ਬਾਣੀ ਤੁਹਾਡੇ ਨਾਲ ਜਾਵੇ ਬਣੋ ਵਕੀਲ ਬਣੋ ਡਾਕਟਰ